ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸੋ ਸਾਡੀ ਗੁਰਬਾਣੀ ਦੇ ਵਿੱਚ ਵੀ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਤੇ ਪਾਣੀ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ। ਜਿਵੇਂ ਕਿ ਕੁਝ ਸਮਾਂ ਪਹਿਲਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਸਾਡੇ ਇਸ ਕੁਦਰਤੀ ਸਰੋਤ ਨੂੰ ਜ਼ਹਿਰੀਲਾ ਕੀਤਾ ਗਿਆ। ਸੋ ਹੁਣ ਵੇਲਾ ਆ ਗਿਆ ਪਾਣੀ ਦੀ ਮਹੱਤਤਾ ਨੂੰ ਸਮਝਣ ਦਾ, ਪਾਣੀ ਦੀ ਲੋੜ ਨੂੰ ਸਮਝਣ ਦਾ। ਤੇ ਮੇਰੇ ਵੀਰ ਕਾਕਾ ਕੋਣੀ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪਾਣੀ ਦੀ ਮਹੱਤਤਾ ਨੂੰ ਬਿਆਨ ਕੀਤਾ ਹੈ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਜ਼ਰੂਰ ਪਸੰਦ ਕਰੋਗੇ। ਬਹੁਤ ਬਹੁਤ ਧੰਨਵਾਦ। ਸਾਡੇ ਹੱਥੋਂ ਖੁਸ਼ ਗਈ ਧਰਤੀ, ਖੋਹੇ ਗਏ ਦਰਿਆਈ ਪਾਣੀ। ਸਾਡੇ ਹੱਥੋਂ ਖੁਸ਼ ਗਈ ਧਰਤੀ ਤੇ ਖੋਹੇ ਗਏ ਦਰਿਆਈ ਪਾਣੀ। ਨਲਕੇ ਨਹਿਰਾਂ ਖੂਹਾਂ ਕੱਸੀਆਂ, ਸਭ ਦੀ ਪਿਆਸ ਬੁਝਾਈ ਪਾਣੀ। ਧਰਤੀ ਉੱਤੇ ਖੜਕੇ ਜਾਂਦੇ ਸੂਰਜ ਤੱਕ ਪਹੁੰਚਾਈ ਪਾਣੀ। ਪਾਣੀ ਕੁਦਰਤ ਦਾ ਇੱਕ ਸੋਮਾ, ਬਾਣੀ ਵਾਂਗ ਇਲਾਹੀ ਪਾਣੀ। ਲਾਈਨਾਂ ਦੇ ਵਿੱਚ ਲੱਗ ਕੇ ਮਿਲਦਾ ਕਈ ਥਾਵਾਂ ਤੇ ਆਹੀ ਪਾਣੀ। ਬੰਦਾ ਇਹਨੂੰ ਬੰਨ ਨਹੀਂ ਸਕਦਾ, ਏ ਸ਼ਾਹਾਂ ਦਾ ਸ਼ਾਹੀ ਪਾਣੀ। ਕੁਦਰਤ ਦਾ ਕੋਈ ਪੋਟਾ ਜਲ ਜੇ, ਉੱਥੇ ਬਣੇ ਸਿਪਾਹੀ ਪਾਣੀ। ਇਹ ਬੰਦੇ ਦੀ ਪਿਆਸ ਬੁਝਾਵੇ ਹੈ ਐਡਾ ਦਿਲ ਦਰਿਆਈ ਪਾਣੀ। ਪਹਿਲਾ ਚਮਚਾ ਪਾਣੀ ਦਾ ਜੋ ਲਾਉਂਦੀ ਮੂੰਹ ਨੂੰ ਦਾਈ ਪਾਣੀ, ਫਿਰ ਜੋੜੀ ਨੂੰ ਭਾਗ ਲਗੇਂਦੇ ਵਾਰੇ ਸਿਰ ਤੋਂ ਮਾਈ ਪਾਣੀ। ਜਦੋਂ ਵਾਰੇ ਸਿਰ ਤੋਂ ਮਾਈ ਪਾਣੀ, ਕਾਕਿਆ ਓਏ ਫਿਰ ਜਾਂਦੀ ਵਾਰੀ, ਪਾਉਂਦੇ ਸਿਰ ਵਿੱਚ ਭਾਈ ਪਾਣੀ। ਪਵਨ ਗੁਰੂ ਪਾਣੀ ਪਿਤਾ ਜਾਂਦੀ ਏ ਫਰਮਾਈ ਬਾਣੀ। ਪਵਨ ਗੁਰੂ ਪਾਣੀ ਪਿਤਾ ਜਾਂਦੀ ਏ ਫੁਰਮਾਈ ਬਾਣੀ। ਕਿਸੇ ਡਾਲ ਨੂੰ ਪਾਣੀ ਦੇ ਕੇ ਆਪੇ ਕਲਮ ਬਣਾਈ ਪਾਣੀ। ਇਹ ਰੰਗਾਂ ਦਾ ਰੂਪ ਧਾਰ ਕੇ, ਇਹ ਰੰਗਾਂ ਦਾ ਰੂਪ ਧਾਰ ਕੇ, ਇਹ ਰੰਗਾਂ ਦਾ ਰੂਪ ਧਾਰ ਕੇ ਬਣਦਾ ਫਿਰ ਸਿਆਹੀ ਪਾਣੀ। ਇਹ ਰੰਗਾਂ ਦਾ ਰੂਪ ਧਾਰ ਕੇ ਬਣਦਾ ਫਿਰ ਸਿਆਹੀ ਪਾਣੀ, ਬਣਦਾ ਫਿਰ ਸਿਆਹੀ ਪਾਣੀ। ਓ